ਹੱਥਾਂ ਵਾਲਿਆਂ ਨਾਲ ਯਾਰੀਆਂ ਤੇ ਦਰਵਾਜ਼ੇ ਵੱਡੇ ਰੱਖਣੇ ਚਾਹੀਦੇ ਆ, ਜਿਗਰੇ ਵੀ ਵੱਡੇ ਚਾਹੀਦੇ ਆ। ਜੇ ਪੰਗਾ ਲਿਆ ਤੇ ਫਿਰ ਜਿਗਰਾ ਦਿਖਾਉਣਾ ਚਾਹੀਦਾ। ਲੋਕਾਂ ਨੂੰ ਨਵੇਂ ਨਵੇਂਦੇ ਹੋਰ ਮਿਲ ਜਾਣਗੇ, ਕਾਲ ਪੈ ਗਿਆ ਨੁਮਾਇੰਦਿਆਂ ਦਾ। ਜੇ ਅਸਤੀਫਾ ਦੇ ਤਾ ਉੱਥੇ ਬਾਏ ਇਲੈਕਸ਼ਨ ਹੋ ਜਾਣਾ। ਆਮ ਆਦਮੀ ਪਾਰਟੀ ਦੇ ਅੰਗ ਇੱਕ ਇੱਕ ਕਰਕੇ ਟੁੱਟਦੇ ਜਾ ਰਹੇ ਨੇ ਅਤੇ ਸੁਖਪਾਲ ਸਿੰਘ ਖਹਿਰਾ ਦਾ ਧੜਾ ਮਜ਼ਬੂਤ ਹੋ ਰਿਹਾ ਹੈ। ਸੁਖਪਾਲ ਖਹਿਰਾ ਹੁਣੀ ਬਠਿੰਡਾ ਦੇ ਵਿੱਚ ਆਪਣਾ ਦਫ਼ਤਰ ਦਾ ਵੀ ਉਦਘਾਟਨ ਕਰ ਚੁੱਕੇ ਨੇ। ਸਾਡੇ ਨਾਲ ਸਿਮਰਜੀਤ ਸਿੰਘ ਬੈਂਸ ਹੈਗੇ ਆ, ਜਿਹੜੇ ਕਿ ਉਹਨਾਂ ਦੇ ਨਾਲ ਸਮਰਥਨ ਦੇਣਗੇ, ਪਾਰਟੀ ਇਹਨਾਂ ਦੀ ਵੀ ਉਹਨਾਂ ਦੇ ਨਾਲ ਖੜੇਗੀ। ਬੈਂਸ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਕਲੀਅਰ ਕਰੋ ਕਿ ਤੁਸੀਂ, ਤੁਹਾਡੀ ਪਾਰਟੀ ਜਿਹੜੀ ਹੈ ਖਹਿਰਾ ਸਾਹਿਬ ਦੇ ਨਾਲ ਸਮਰਥਨ ਕਰੇਗੀ ਜਾਂ ਨਹੀਂ ਕਰੇਗੀ? ਨਹੀਂ, ਇੱਦਾਂ ਹੈਗਾ, ਸਮਰਥਨ ਕਰਨ ਅਤੇ ਨਾ ਕਰਨ ਦਾ ਸਵਾਲ ਨਹੀਂ ਗਾ। ਜਦੋਂ ਅਸੀਂ ਇੱਕ ਅਲਾਇੰਸ ਬਣਾ ਲਿਆ, ਪੰਜਾਬ ਡੈਮੋਕਰੈਟਿਕ ਅਲਾਇੰਸ, ਉਸ ਅਲਾਇੰਸ ਦੇ ਵਿੱਚ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਖਹਿਰਾ ਸਾਹਿਬ ਦੀ ਨਵੀਂ ਪਾਰਟੀ, ਗਾਂਧੀ ਜੀ ਦਾ ਮੰਚ, ਮਤਲਬ ਅਸੀਂ, ਤੁਸੀਂ ਬੈਂਸ ਅਤੇ ਖਹਿਰੇ ਦੀ ਨਾ ਕਰੋ, ਅਸੀਂ ਚਾਰ ਧਿਰਾਂ ਇਸ ਪਲੇਟਫਾਰਮ 'ਤੇ ਪੰਜਾਬ ਦੇ ਹਕੂਕ ਵਾਸਤੇ, ਪੰਜਾਬ ਦੀਆਂ ਅੰਦਰ ਜਿਹੜੀ ਕਰਪਸ਼ਨ ਅਤੇ ਮਾਫੀਆ ਨੂੰ ਖਤਮ ਕਰਨ ਵਾਸਤੇ ਅਸੀਂ ਇਹ ਚਾਰ ਧਿਰਾਂ, ਤੁਸੀਂ ਦੋ ਦੀ ਗੱਲ ਕਰਦੇ ਹੋ, ਤਾਂ ਚਾਰ ਧਿਰਾਂ ਯੂਨਾਈਟ ਹੈਗੇ। ਅੱਜ ਮਾਸਟਰ ਬਲਦੇਵ ਸਿੰਘ ਹੋਣਾ ਨੇ ਅਸਤੀਫਾ ਦਿੱਤਾ, ਹਾਂਜੀ, ਅਤੇ ਇੱਕ ਇੱਕ ਕਰਕੇ ਕਿਉਂ ਦੇ ਰਹੇ ਆ, ਇਕੱਠੇ ਕਿਉਂ ਨਹੀਂ ਦੇ ਰਹੇ ਅਸਤੀਫਾ? ਹਾਂ, ਇਹ ਗੱਲ ਤੁਹਾਡੀ ਵਾਜਬ ਹੈਗੀ ਆ। ਊਠਾਂ ਵਾਲਿਆਂ ਨਾਲ ਯਾਰੀਆਂ ਅਤੇ ਦਰਵਾਜ਼ੇ ਵੱਡੇ ਰੱਖਣੇ ਚਾਹੀਦੇ ਆ, ਜਿਗਰੇ ਵੀ ਵੱਡੇ ਚਾਹੀਦੇ ਆ। ਜੇ ਪੰਗਾ ਲਿਆ ਤਾਂ ਫਿਰ ਜਿਗਰਾ ਦਿਖਾਉਣਾ ਚਾਹੀਦਾ ਮਾਸਟਰ ਬਲਦੇਵ ਅਤੇ ਖਹਿਰਾ ਸਾਹਿਬ ਵਾਂਗੂ, ਜਿਹੜੇ ਬਾਕੀ ਹਜੇ ਥੋੜ੍ਹਾ ਜਿਹਾ ਸੰਗ ਕਰ ਰਹੇ ਆ, ਥੋੜ੍ਹਾ ਸ਼ਰਮਾ ਰਹੇ ਆ। ਇਹ ਸ਼ਰਮ ਅਤੇ ਸੰਗ ਵਾਲਾ ਜਿਹੜਾ ਘੁੰਘਟ ਆ ਨਾ, ਘੁੰਡ ਹੈਗਾ, ਚੱਕ ਦੇਣਾ ਚਾਹੀਦਾ। ਹੁਣ ਪੰਜਾਬ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ, ਉਹ ਤਾਂ ਹੀ ਇੱਧਰਲੇ ਪਾਸੇ ਆਉਣਗੇ ਜਦੋਂ ਇਹ ਸਾਰੇ ਦੇ ਸਾਰੇ ਸਭ ਕੁਝ ਛੱਡ ਕੇ ਮੈਦਾਨੇ ਜੰਗ ਦੇ ਵਿੱਚ ਆ ਜਾਣਗੇ। ਇਹਨਾਂ ਸੋਚਣ ਦੇ ਟਾਈਮ ਕੋਈ ਲੱਗ ਰਿਹਾ, ਜਦੋਂ ਕਹਿ ਹੀ ਦਿੱਤਾ ਕਿ ਹੁਣ ਅਸੀਂ ਇੱਕ ਪਾਸੇ ਹੋ ਜਾਣਾ ਆ, ਹਾਂਜੀ, ਅਤੇ ਇੰਨਾ ਟਾਈਮ ਕਿਉਂ ਕਿਤੇ? ਇਹ ਗੱਲ ਉਹਨਾਂ ਕੋਲੋਂ ਪੁੱਛੋ ਵੀ ਟਾਈਮ ਜ਼ਿਆਦਾ ਕਿਉਂ ਲੱਗ ਰਿਹਾ। ਮੈਂ ਤਾਂ ਕਹਿਤਾ ਵੀ ਜੇ ਊਠਾਂ ਵਾਲਿਆਂ ਨਾਲ ਯਾਰੀਆਂ ਅਤੇ ਦਰਵਾਜ਼ੇ ਉੱਚੇ ਰੱਖਣੇ ਚਾਹੀਦੇ ਆ, ਜੇ ਇਸ ਰਸਤੇ 'ਤੇ ਤੁਰਨਾ ਨਾ, ਤਾਂ ਫਿਰ ਇਹ ਨਫੇ ਨੁਕਸਾਨ ਸੋਚਣੇ ਹੀ ਨਹੀਂ ਚਾਹੀਦੇ। ਆਖਰੀ ਸਵਾਲ ਆ, ਲੋਕਾਂ ਦਾ ਕੀ ਕਸੂਰ ਆ? ਖਹਿਰਾ ਸਾਹਿਬ ਨੇ ਅਸਤੀਫਾ ਦੇ ਦਿੱਤਾ, ਬਲਦੇਵ ਸਿੰਘ ਹੁਣ ਅਸਤੀਫਾ ਦਿੱਤਾ, ਜਾਂ ਸਪੂਲਕਾ ਨੇ ਦਿੱਤਾ, ਇਹਦੇ ਵਿੱਚ ਸਫ਼ਰ ਤਾਂ ਲੋਕ ਕਰ ਰਹੇ ਆ ਨਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਅਰੇ ਨੂੰ? ਲੋਕਾਂ ਨੂੰ ਨਵੇਂ ਨਵੇਂਦੇ ਹੋਰ ਮਿਲ ਜਾਣਗੇ, ਕਾਲ ਪੈ ਗਿਆ ਨੁਮਾਇੰਦਿਆਂ ਦਾ, ਹੋ ਸਕਦਾ ਤੁਹਾਨੂੰ ਟਿਕਟ ਦੇ ਦੇਵੇ ਕੋਈ ਪਾਰਟੀ, ਤੁਸੀਂ MLA ਬਣ ਜਾਓ, ਇਹ ਗੱਲਾਂ ਨਹੀਂ ਸੋਚੀ ਦੀਆਂ ਹੁੰਦੀਆਂ। ਪਰ ਲੋਕ ਤਾਂ ਇਹਦੇ ਵਿੱਚ ਸਫ਼ਰ ਕਰ ਰਹੇ ਨਾ। ਕੋਈ ਲੋਕਾਂ ਦਾ ਕੋਈ ਕਸੂਰ ਨਹੀਂ, ਨਾ ਲੋਕਾਂ ਨੂੰ ਕੋਈ ਤੰਗੀ ਪਰੇਸ਼ਾਨੀ ਆ। ਜੇ ਇੱਕ ਨੁਮਾਇੰਦਾ ਚੱਲਿਆ ਗਿਆ, ਉਹਦੀ ਜਗ੍ਹਾ ਬਾਏ ਇਲੈਕਸ਼ਨ ਆ ਜਾਣੀ ਆ, ਕੋਈ ਦੂਸਰਾ ਨੁਮਾਇੰਦਾ ਆ ਜਾਊਗਾ, ਜਾਂ ਹੋ ਸਕਦਾ ਕੋਈ ਦੁਬਾਰਾ ਰਿਪੀਟ ਕਰ ਜੇ, ਕੋਈ MP ਬਣ ਜੇ। ਇਹ ਗੱਲਾਂ ਤਾਂ ਐਵੇਂ, ਹੁਣ ਤੁਸੀਂ ਮੀਡੀਆ ਵਾਲੇ ਹੋ, ਮੀਡੀਆ ਵਾਲਿਆਂ ਨੇ ਵਾਲ ਦੀ ਖੱਲ ਲਾਉਣੀ ਹੁੰਦੀ ਆ, ਇੱਧਰ ਲਾ ਉੱਧਰ ਲਾ ਅਤੇ ਉੱਧਰ ਦਾ ਇੱਧਰ ਦਾ। ਇਹ ਅਸਤੀਫੇ ਜੇ ਚਾਰ ਸਾਲਾਂ ਬਾਅਦ ਕਹਿੰਦੇ ਤਾਂ ਸ਼ਾਇਦ ਮੀਡੀਆ ਇੰਨਾ ਸਵਾਲ ਨਾ ਚੁੱਕਦਾ। ਸੁਣੋ ਮੇਰੀ ਗੱਲ, ਜੇ ਅਸਤੀਫਾ ਦੇ ਤਾ ਉੱਥੇ ਬਾਏ ਇਲੈਕਸ਼ਨ ਹੋ ਜਾਣਾ, ਭਾਰਤ ਦਾ ਸੰਵਿਧਾਨ ਕਿਹਦੇ ਉੱਤੇ ਪੈਣਾ? ਬਾਏ ਇਲੈਕਸ਼ਨ ਦਾ ਭਾਰ ਵੀ ਤਾਂ ਲੋਕਾਂ 'ਤੇ ਪੈਣਾ। ਨੋ ਡਾਊਟ ਭਾਰ ਲੋਕਾਂ 'ਤੇ ਪੈਣਾ, ਪਰ ਬਾਏ ਇਲੈਕਸ਼ਨ ਵਾਸਤੇ ਕੋਈ ਸਪੈਸ਼ਲ ਤੌਰ ਦੇ ਉੱਤੇ ਪ੍ਰਬੰਧ ਨਹੀਂ ਕਰਨੇ ਪੈਂਦੇ? ਉਹੀ ਸਰਕਾਰੀ ਮੁਲਾਜ਼ਮ, ਉਹੀ ਸਰਕਾਰੀ ਅਮਲਾ ਫੈਲਾ ਜਿਹੜਾ ਆਲਰੇਡੀ ਤਨਖਾਹਾਂ ਲੈ ਰਿਹਾ, ਬਾਏ ਇਲੈਕਸ਼ਨ ਵੀ ਤਾਂ ਉਹਨੇ ਆ ਕੇ ਕਰਾਉਣੀ ਆ ਨਾ। ਜੇ ਕਿਸੇ ਕਾਰਨ ਕਰਕੇ ਰਿਜ਼ਾਈਨ ਦਿੱਤਾ ਗਿਆ, ਉੱਥੇ ਬਾਏ ਇਲੈਕਸ਼ਨ ਹੋ ਜਾਂਦੀ ਆ। ਉਹਦੇ 'ਚ ਕੋਈ ਨਹੀਂ, ਨਵੇਂ ਨੁਮਾਇੰਦੇ ਸਮਾਜ ਦੇ ਵਿੱਚੋਂ, ਨਵੇਂ ਯੂਥ, ਨਵੇਂ ਨੌਜਵਾਨ ਚਿਹਰੇ ਹੋਰ ਆ ਜਾਂਦੇ ਅੱਗੇ। ਥੈਂਕ ਯੂ। ਇਹ ਨੇ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਦਾ ਕਹਿਣਾ ਕਿ ਬਾਏ ਇਲੈਕਸ਼ਨ ਹੋ ਸਕਦੀ ਆ, ਚਾਹੇ ਜਿੱਥੇ ਮਰਜ਼ੀ ਕੋਈ ਅਸਤੀਫਾ ਦੇ ਦੇ। ਇਹਨਾਂ ਦੇ ਲਈ ਲੱਗਿਆ ਕਿ ਕੋਈ ਵੱਡੀ ਗੱਲ ਨਹੀਂ ਹੈ ਕਿਸੇ ਦੇ ਵੱਲੋਂ ਅਸਤੀਫਾ ਦੇਣਾ, ਪਰ ਬਾਏ ਇਲੈਕਸ਼ਨ ਹੁੰਦੀ ਵੀ ਆ ਤਾਂ ਫਿਰ ਲੋਕਾਂ ਦੇ ਉੱਪਰ ਭਾਰ ਪੈਂਦਾ ਆ, ਲੜਾਈਆਂ ਝਗੜੇ ਵੱਖਰੇ ਹੁੰਦੇ ਆ। ਬੜੀ ਆਸਾਨੀ ਨਾਲ ਗੱਲ ਤਾਂ ਇਹਨਾਂ ਨੇ ਕਹਿ ਦਿੱਤੀ ਕਿ ਬਾਏ ਇਲੈਕਸ਼ਨ ਹੋ ਜੂਗੀ, ਪਰ ਬਾਏ ਇਲੈਕਸ਼ਨ ਦਾ ਖਰਚਾ, ਬਾਏ ਇਲੈਕਸ਼ਨ ਦਾ ਜੋ ਤਾਮਝਾਮ ਹੈਗਾ ਵਾ, ਉਹ ਵੀ ਲੋਕਾਂ ਦੇ ਸਿਰ ਦੇ ਉੱਪਰ ਹੀ ਪੈਂਦਾ ਆ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।